ਅੱਜ 12 ਵਜੇ ਤੋਂ 4 ਵਜੇ ਤੱਕ ਦਾ ਰੇਲਵੇ ਰੋਕਣ ਦਾ ਐਲਾਨ ਕੀਤਾ ਹੋਇਆ। ਉਸ 'ਤੇ ਅਸੀਂ ਰਾਜਪੁਰਾ ਰੇਲਵੇ ਸਟੇਸ਼ਨ ਦੇ ਉੱਪਰ ਖੜ੍ਹੇ ਹੈਗੇ, ਚਾਰੇ ਪਾਸੇ ਤੁਹਾਨੂੰ ਦਿਖਾਉਂਦੇ ਹੈਗੇ ਵੀ ਸੁੰਨਸਾਨ ਖੜ੍ਹੀ ਹੈ। ਜਿਹੜੇ ਪੁਲਿਸ ਵੱਲੋਂ ਜਿਹੜੇ ਹੈਗੇ ਪੁਲਿਸ ਮੁਲਾਜ਼ਮ ਹੀ ਇੱਥੇ ਘੁੰਮ ਰਹੇ ਹਨ, ਲੇਕਿਨ ਜਿਹੜੇ ਮੁਸਾਫਰ ਹੈਗੇ ਹਨ ਉਹ ਵੀ ਬਹੁਤ ਪਰੇਸ਼ਾਨ ਆ। ਤੁਹਾਨੂੰ ਕੈਮਰੇ ਦੀਆਂ ਤਸਵੀਰਾਂ ਰਹੀ ਦਿਖਾਉਂਦੇ ਹੈਗੇ ਹਾਂ ਵੀ ਸਾਰੇ ਪਾਸੇ ਸੁੰਨਸਾਨ ਪਈ ਹੈ। ਸਿਰਫ ਸੁਰੱਖਿਆ ਦੇ ਪ੍ਰਬੰਧ ਦੇ ਲਈ ਹੀ ਪੁਲਿਸ ਮੁਲਾਜ਼ਮ ਇੱਥੇ ਖੜ੍ਹੇ ਹਨ। ਜਿਹੜਾ ਰਾਜਪੁਰੇ ਦਾ ਰੇਲਵੇ ਸਟੇਸ਼ਨ ਹੈਗਾ, ਇਸ ਦੇ ਉੱਪਰ ਸਾਰੇ ਸੁੰਨਸਾਨ ਪਈ ਹੈ। ਜਿਹੜੇ ਮੁਸਾਫਰ ਹੈਗੇ ਹੈ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ। ਜਿਹੜੇ ਪੁਲਿਸ ਮੁਲਾਜ਼ਮ ਹੈ ਉਹੀ ਆਪਣੀਆਂ ਡਿਊਟੀਆਂ ਦੇ ਤਾਇਨਾਤ ਕੀਤੇ ਗਏ ਹੈਗੇ, ਲੇਕਿਨ ਟ੍ਰੇਨਾਂ ਕਾਫੀ ਜਿਹੜੀਆਂ ਟ੍ਰੇਨਾਂ 12 ਵਜੇ ਤੋਂ 4 ਵਜੇ ਤੱਕ ਦੀਆਂ ਕਾਫੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਜਿਹੜੇ ਮੁਸਾਫਰ ਹੈਗੇ ਆ ਬਹੁਤ ਪਰੇਸ਼ਾਨ ਹੋ ਰਹੇ ਹਨ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈਗੀ ਆ ਵੀ ਇਹਨਾਂ ਕਿਸਾਨਾਂ ਦਾ ਮਸਲਾ ਹੱਲ ਜਲਦੀ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਹੈਗੇ ਆ ਪਰੇਸ਼ਾਨ ਨਾ ਹੋਣ। ਰਾਜਪੁਰਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਕਾਫੀ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਕਿਸਾਨ ਅੱਜ ਇੱਥੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਆਉਣਗੇ। ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦੇ? ਮੈਂ ਬਿਜਲੀ ਆ ਰਹੀ ਹਾਂ। ਤੋ ਟ੍ਰੇਨ ਨਹੀਂ ਆ ਰਹੀ, ਕਿਆ ਕਹਿਣਾ ਚਾਹਤੇ ਹੈ ਜੋ ਕਿਸਾਨੋਂ ਕੇ ਲੀਏ ਇਹਨਾਂ ਨੂੰ ਬੰਦ ਕਰ ਰੱਖਿਆ 4 ਸੇ 12 ਸੇ 4? ਹਾਂ, ਅਭੀ ਸਟੇਸ਼ਨ ਸੇ ਪਤਾ ਲਗਾ ਕਿ ਜੈਸੇ ਕਿ ਹਮਨੇ ਜਾਣਾ ਹੈ ਜੰਮੂ ਵਾਲੀ ਸਾਈਡ, ਤੋ ਰਾਜਪੁਰ ਸਟੇਸ਼ਨ ਪੇ 2:30 ਵਜੇ ਇੱਕ ਟ੍ਰੇਨ ਆਉਣੀ ਸੀ। ਤੋ ਕਿਸਾਨ ਆ ਰਹੇ ਹੈ, ਕਿਆ ਪਤਾ ਰੋਕੇਂਗੇ ਟ੍ਰੇਨ ਕੋ, ਕਿਆ ਕਰੇਂਗੇ ਇੱਧਰ ਸੇ ਪਤਾ ਲੱਗੇਗਾ, ਦੇਖਦੇ ਹਾਂ। ਤੋ ਆਪ ਕੈਸੇ ਪਹੁੰਚੇਗੇ ਫਿਰ? ਆਪ ਅਭੀ ਦਿੱਕਤ ਤੋਂ ਬਣ ਗਈ, ਕਿਆ ਕਰਨਾ ਫਿਰ, ਕੋਈ ਨਾ ਕੋਈ ਜੁਗਾੜ ਵਗੈਰਾ ਤਾਂ ਲਗਾਏਂਗੇ। ਸਰਕਾਰ ਕੋ ਕਿਆ ਕਹਿਣਾ ਚਾਹਤੇ ਹੈ? ਸਰਕਾਰ ਕੋ ਇਹ ਕਹਿਣਾ ਚਾਹਤੇ ਹਾਂ ਕਿ ਸਾਨੂੰ ਵੀ ਜਲਦੀ ਸੇ ਜਲਦੀ ਡਿਮਾਂਡ ਫੁਲਫਿਲ ਕਰੇ, ਔਰ ਤਾਂ ਕਿ ਜੋ ਸਿਵਲ ਜਨਤਾ ਹੈ ਉਨਕੋ ਕੁਛ ਉਨਕੇ ਕਾਮ ਮੇਂ ਦਿੱਕਤ ਨਾ ਆਏ, ਅੱਛਾ ਕੰਮ ਚਲਤੇ ਰਹੇ। ਹਮੇ ਧੂਮਪੁਰ ਜਾ। ਤੋ ਅੱਜ ਗਾੜੀ ਨਹੀਂ ਆ ਰਹੀ, ਕਿਆ ਕਹਿਣਾ ਚਾਹਤੇ ਹੈ? ਬਸ ਸਰ ਕਹਿਣਾ ਕਿਆ ਹੈ, 11:15 ਵਜੇ ਕੀ ਟ੍ਰੇਨ ਥੀ ਹਮਾਰੀ ਯਹਾਂ ਸੇ, 4 ਘੰਟੇ ਕੀ ਦੇਰੀ ਸੇ ਬਤਾ ਰਹੇ ਹੈ, ਉੱਪਰ ਸੇ ਬਤਾ ਰਹੇ ਹੈ ਕਿ 4 ਘੰਟੇ ਕਿਸਾਨ ਅੰਦੋਲਨ ਹੈ, ਟ੍ਰੇਨ ਨਹੀਂ ਚਲੇਗੀ। ਮਾਨ ਕੇ ਚਲੋ ਰਾਤ ਕੋ ਆਏਗੀ ਕਿ ਨਹੀਂ ਆਏਗੀ ਪਤਾ ਨਹੀਂ ਹੈ, ਸੁਬਹ ਸੇ ਪਰੇਸ਼ਾਨ ਹੋ ਕੇ ਬੈਠੇ ਹੈ ਯਹਾਂ ਪੇ। ਕਹਾਂ ਪੇ ਜਾਣਾ, ਕਹਾਂ ਪੇ ਹੈ? ਉਧਮਪੁਰ ਜਾਣਾ ਹਮੇ, ਜੰਮੂ ਸੇ ਆਗੇ। ਸਰਕਾਰ ਕੋ ਕਿਆ ਕਹਿਣਾ ਚਾਹਤੇ ਹੈ? ਸਰਕਾਰ ਕੋ ਕਹਿਣਾ ਚਾਹਤੇ ਹੈ ਕਿ ਜਲਦੀ ਸੇ ਜਲਦੀ ਮਸਲਾ ਹੱਲ ਕਰੇ, ਯਾਤਰੀਆਂ ਕੋ ਬਹੁਤ ਜ਼ਿਆਦਾ ਤਕਲੀਫ ਹੋਤੀ ਹੈ। ਟ੍ਰੇਨੇ 4-4 ਘੰਟੇ ਪਹਿਲੇ ਦੇਰੀ ਸੇ ਚੱਲ ਰਹੀ ਹੈ, ਅਬ 4 ਘੰਟੇ ਕੀ ਸਟ੍ਰਾਈਕ ਹੋ ਗਈ, ਅਗਰ ਹਮ ਰਾਤ ਕੋ ਪਹੁੰਚੇਂਗੇ 1 ਵਜੇ 2 ਵਜੇ ਆਗੇ ਕਹਾਂ ਜਾਏਂਗੇ? ਸਮੱਸਿਆ ਤੋ ਹੋਤੀ ਹੈ ਯਾਤਰੀ ਕੋ, ਉਸਨੇ ਟ੍ਰੈਵਲ ਕਰਨਾ, ਉਸਕੇ ਲਈ ਪਰੇਸ਼ਾਨੀ ਬਣਦੀ ਹੈ। ਅੱਜ 12 ਵਜੇ ਤੋਂ 4 ਵਜੇ ਤੱਕ ਦਾ ਰੇਲਵੇ ਰੋਕਣ ਦਾ ਐਲਾਨ ਕੀਤਾ ਹੋਇਆ। ਉਸ 'ਤੇ ਅਸੀਂ ਰਾਜਪੁਰਾ ਰੇਲਵੇ ਸਟੇਸ਼ਨ ਦੇ ਉੱਪਰ ਖੜ੍ਹੇ ਹੈਗੇ, ਚਾਰੇ ਪਾਸੇ ਤੁਹਾਨੂੰ ਦਿਖਾਉਂਦੇ ਹੈਗੇ ਵੀ ਸੁੰਨਸਾਨ ਖੜ੍ਹੀ ਹੈ। ਜਿਹੜੇ ਪੁਲਿਸ ਵੱਲੋਂ ਜਿਹੜੇ ਹੈਗੇ ਪੁਲਿਸ ਮੁਲਾਜ਼ਮ ਹੀ ਇੱਥੇ ਘੁੰਮ ਰਹੇ ਹਨ, ਲੇਕਿਨ ਜਿਹੜੇ ਮੁਸਾਫਰ ਹੈਗੇ ਹਨ ਉਹ ਵੀ ਬਹੁਤ ਪਰੇਸ਼ਾਨ ਆ। ਤੁਹਾਨੂੰ ਕੈਮਰੇ ਦੀਆਂ ਤਸਵੀਰਾਂ ਰਹੀ ਦਿਖਾਉਂਦੇ ਹੈਗੇ ਹਾਂ ਵੀ ਸਾਰੇ ਪਾਸੇ ਸੁੰਨਸਾਨ ਪਈ ਹੈ। ਸਿਰਫ ਸੁਰੱਖਿਆ ਦੇ ਪ੍ਰਬੰਧ ਦੇ ਲਈ ਹੀ ਪੁਲਿਸ ਮੁਲਾਜ਼ਮ ਇੱਥੇ ਖੜ੍ਹੇ ਹਨ। ਜਿਹੜਾ ਰਾਜਪੁਰੇ ਦਾ ਰੇਲਵੇ ਸਟੇਸ਼ਨ ਹੈਗਾ, ਇਸ ਦੇ ਉੱਪਰ ਸਾਰੇ ਸੁੰਨਸਾਨ ਪਈ ਹੈ। ਜਿਹੜੇ ਮੁਸਾਫਰ ਹੈਗੇ ਹੈ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ। ਜਿਹੜੇ ਪੁਲਿਸ ਮੁਲਾਜ਼ਮ ਹੈ ਉਹੀ ਆਪਣੀਆਂ ਡਿਊਟੀਆਂ ਦੇ ਤਾਇਨਾਤ ਕੀਤੇ ਗਏ ਹੈਗੇ, ਲੇਕਿਨ ਟ੍ਰੇਨਾਂ ਕਾਫੀ ਜਿਹੜੀਆਂ ਟ੍ਰੇਨਾਂ 12 ਵਜੇ ਤੋਂ 4 ਵਜੇ ਤੱਕ ਦੀਆਂ ਕਾਫੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਜਿਹੜੇ ਮੁਸਾਫਰ ਹੈਗੇ ਆ ਬਹੁਤ ਪਰੇਸ਼ਾਨ ਹੋ ਰਹੇ ਹਨ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈਗੀ ਆ ਵੀ ਇਹਨਾਂ ਕਿਸਾਨਾਂ ਦਾ ਮਸਲਾ ਹੱਲ ਜਲਦੀ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਹੈਗੇ ਆ ਪਰੇਸ਼ਾਨ ਨਾ ਹੋਣ। ਰਾਜਪੁਰਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਕਾਫੀ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਕਿਸਾਨ ਅੱਜ ਇੱਥੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਆਉਣਗੇ। ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦੇ? ਮੈਂ ਬਿਜਲੀ ਆ ਰਹੀ ਹਾਂ। ਤੋ ਟ੍ਰੇਨ ਨਹੀਂ ਆ ਰਹੀ, ਕਿਆ ਕਹਿਣਾ ਚਾਹਤੇ ਹੈ ਜੋ ਕਿਸਾਨੋਂ ਕੇ ਲੀਏ ਇਹਨਾਂ ਨੂੰ ਬੰਦ ਕਰ ਰੱਖਿਆ 4 ਸੇ 12 ਸੇ 4? ਹਾਂ, ਅਭੀ ਸਟੇਸ਼ਨ ਸੇ ਪਤਾ ਲਗਾ ਕਿ ਜੈਸੇ ਕਿ ਹਮਨੇ ਜਾਣਾ ਹੈ ਜੰਮੂ ਵਾਲੀ ਸਾਈਡ, ਤੋ ਰਾਜਪੁਰ ਸਟੇਸ਼ਨ ਪੇ 2:30 ਵਜੇ ਇੱਕ ਟ੍ਰੇਨ ਆਉਣੀ ਸੀ। ਤੋ ਕਿਸਾਨ ਆ ਰਹੇ ਹੈ, ਕਿਆ ਪਤਾ ਰੋਕੇਂਗੇ ਟ੍ਰੇਨ ਕੋ, ਕਿਆ ਕਰੇਂਗੇ ਇੱਧਰ ਸੇ ਪਤਾ ਲੱਗੇਗਾ, ਦੇਖਦੇ ਹਾਂ। ਤੋ ਆਪ ਕੈਸੇ ਪਹੁੰਚੇਗੇ ਫਿਰ? ਆਪ
दिक्कत तो बन गई है, क्या करना फिर, कोई ना कोई जुगाड़ वगैरह तो लगाएंगे। सरकार को क्या कहना चाहते हैं? सरकार को ये कहना चाहते हैं, हाँ किसानों की जल्दी से जल्दी डिमांड फुलफिल करें, और ताकि जो सिविल जनता है उनको कुछ उनके काम में दिक्कत ना आए, अच्छा काम चलते रहे। हमें धूमपुर जाते हैं तो आज गाड़ी नहीं आ रही, क्या कहना चाहते हैं? बस सर कहना क्या है, 11:15 की ट्रेन थी हमारी यहाँ से, 4 घंटे की देरी से बता रहे हैं, ऊपर से बता रहे हैं कि 4 घंटे किसान आंदोलन है, ट्रेन नहीं चलेगी। मान के चलो रात को आएगी कि नहीं आएगी पता नहीं है, सुबह से परेशान होकर बैठे हैं यहाँ पे। कहाँ पे जाना, कहाँ पे है? उधमपुर जाना हमें, जम्मू से आगे। सरकार को क्या कहना चाहते हैं? सरकार को कहना चाहते हैं कि जल्दी से जल्दी मसला हल करें, यात्रियों को बहुत ज़्यादा तकलीफ होती है, ट्रेनें 4-4 घंटे पहले देरी से चल रही हैं, अब 4 घंटे की स्ट्राइक हो गई, अगर हम रात को पहुंचेंगे 1-2 बजे आगे कहाँ जाएंगे, समस्या तो होती है यात्री को, उसने ट्रैवल करना उसके लिए परेशानी बनती है।